ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਗੁਰਪ੍ਰੇਮ ਲਹਿਰੀ ਤੇ ਅੱਜ ਤੁਹਾਨੂੰ ਮਿਲਾਉਂਦੇ ਹਾਂ ਉਹਨਾਂ ਯੋਧਿਆਂ ਦੇ ਨਾਲ ਜਿਨ੍ਹਾਂ ਨੇ ਪੰਜ ਤਖਤਾਂ ਦੀ ਯਾਤਰਾ ਕੀਤੀ ਹੈ ਸਾਈਕਲ ਦੇ ਉੱਤੇ ਤਾਂ ਉਹ ਸਫ਼ਰ ਕਿੱਦਾਂ ਦਾ ਰਿਹਾ ਆਪਾਂ ਕਰਦੇ ਹਾਂ ਗੱਲਬਾਤ ਇਹ ਦੋਨੇ ਯੋਧੇ ਨੇ ਪਰਮਿੰਦਰ ਸਿੱਧੂ ਜੀ ਔਰ ਕੁਲਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪਰਮਿੰਦਰ ਜੀ ਬਹੁਤ ਬਹੁਤ ਧੰਨਵਾਦ ਗੁਰਪ੍ਰੇਮ ਜੀ ਅੱਛਾ ਕਿੱਦਾਂ ਦਾ ਰਿਹਾ ਸਫ਼ਰ ਜੀ ਤੁਹਾਡਾ ਹਾਂਜੀ ਸਫ਼ਰ ਬਹੁਤ ਵਧੀਆ ਰਿਹਾ ਪਰਮਾਤਮਾ ਦੀ ਕਿਰਪਾ ਰਹੀ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਈ ਆਮ ਜਦੋਂ ਅਸੀਂ ਤੁਰਨਾ ਸੀਗਾ ਤਾਂ ਸਾਨੂੰ ਕਾਫੀ ਲੋਕਾਂ ਨੇ ਕਿਹਾ ਵੀ ਬਿਹਾਰ ਵਾਲੀ ਸਾਈਡ ਯੂਪੀ ਵਾਲੀ ਸਾਈਡ ਸਨੈਚਿੰਗ ਬਹੁਤ ਜ਼ਿਆਦਾ ਹੁੰਦੀ ਆ ਬਚ ਕੇ ਰਿਹੋ ਰਾਤ ਨੂੰ ਸਾਈਕਲ ਨਾ ਚਲਾਇਓ ਪਰ ਦੁਪਹਿਰੇ ਦਿਨੇ ਵੇਲੇ ਗਰਮੀ ਬਹੁਤ ਜ਼ਿਆਦਾ ਹੁੰਦੀ ਸਾਡੀ ਮਜਬੂਰੀ ਸੀ ਵੀ ਅਸੀਂ ਰਾਤ ਨੂੰ ਹੀ ਜ਼ਿਆਦਾ ਸਾਈਕਲਿੰਗ ਕਰਦੇ ਸੀਗੇ ਤੇ ਸਾਨੂੰ ਇਸ ਤਰ੍ਹਾਂ ਦੀ ਕਿਤੇ ਵੀ 1% ਵੀ ਕੋਈ ਪ੍ਰੋਬਲਮ ਨਹੀਂ ਆਈ ਅੱਛਾ ਤਾਂ ਇੱਕ ਪਰਮਿੰਦਰ ਜੀ ਤੁਸੀਂ ਜਿਹੜਾ ਹੈਗਾ ਇਹ ਜੂਨ ਦਾ ਮਹੀਨਾ ਜਿਸ ਤਰ੍ਹਾਂ ਗਰਮੀ ਦੀ ਗੱਲ ਕੀਤੀ ਤਾਂ ਜੂਨ ਦਾ ਮਹੀਨਾ ਚੁਣਿਆ ਸਫ਼ਰ ਦੇ ਲਈ ਇਹਦੇ ਪਿੱਛੇ ਕੀ ਕਾਰਨ ਹੈ ਇਹਦੇ ਪਿੱਛੇ ਕਾਰਨ ਇਹ ਮੈਂ ਸਰਕਾਰੀ ਹਾਈ ਸਕੂਲ ਬਹਿਬਲ ਕਲਾਂ ਵਿਖੇ DPE ਦੀ ਪੋਸਟ ਤੇ ਕੰਮ ਕਰ ਰਿਹਾ ਹੈ ਜੀ ਤੇ ਕਿਉਂਕਿ ਅਸੀਂ ਸੋਚਿਆ ਮੈਂ ਤੇ ਕੁਲਦੀਪ ਜੀ ਨੇ ਪਿਛਲੇ ਸਾਲ ਸੀਗਾ ਜੀ ਵੀ ਆਪਾਂ ਸਾਈਕਲਾਂ ਤੇ ਜਾ ਕੇ ਆਉਣਾ ਹੈ ਪਰ ਇਹਦੇ ਵਾਸਤੇ ਸਾਨੂੰ ਘੱਟੋ ਘੱਟ ਵੀ 1 ਮਹੀਨਾ ਚਾਹੀਦਾ ਸੀ ਜੇ 1 ਮਹੀਨਾ ਠੀਕ ਮੌਸਮ ਦੇ ਵਿੱਚ ਛੁੱਟੀਆਂ ਲੈ ਕੇ ਜਾਂਦੇ ਹਾਂ ਤਾਂ ਬੱਚਿਆਂ ਦੀ ਪੜ੍ਹਾਈ ਦਾ ਖੇਡਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਸੀ ਇਸ ਕਰਕੇ ਅਸੀਂ ਜੂਨ ਦੀਆਂ ਛੁੱਟੀਆਂ ਦਾ ਜਿਹੜਾ ਲਾਹਾ ਲੈਂਦੇ ਹੋਏ ਇਹ 5 ਤਖਤਾਂ ਦੀ ਯਾਤਰਾ ਕੀਤੀ ਹੈ ਜੀ ਜੀ ਅੱਛਾ ਕੁਲਦੀਪ ਜੀ ਤੁਸੀਂ ਦੱਸੋ ਇਹ ਯਾਤਰਾ ਆਪਾਂ ਸ਼ੁਰੂ ਕਦੋਂ ਕੀਤੀ ਸੀਗੀ ਵੀਰਜੀ ਅਸੀਂ 2 ਜੂਨ ਨੂੰ ਸ਼ਾਮ ਨੂੰ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਅਰਦਾਸ ਕਰਕੇ ਅਸੀਂ ਪਹਿਲਾਂ ਜੋ ਸਾਡੇ 6ਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਦੀ ਦੇਖ ਰੇਖ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਸੀ ਪਹਿਲਾਂ ਅਸੀਂ ਉੱਥੇ ਦਰਸ਼ਨ ਕੀਤੇ ਉਸ ਤੋਂ ਬਾਅਦ ਤਖਤ ਕੇਸਗੜ੍ਹ ਸਾਹਿਬ ਫਿਰ ਤਖਤ ਪਟਨਾ ਸਾਹਿਬ ਬਿਹਾਰ ਉਸ ਤੋਂ ਬਾਅਦ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਮਹਾਰਾਸ਼ਟਰ ਉਸ ਤੋਂ ਬਾਅਦ ਫਿਰ ਵਾਪਸ ਨਾਗਪੁਰ ਮਥੁਰਾ ਆਗਰਾ ਇੱਧਰ ਵੀ ਹੁੰਦੇ ਹੋਏ ਕੱਲ੍ਹ ਅਸੀਂ ਰਾਤੀ ਇੱਥੇ ਤਕਰੀਬਨ 12:30 ਦੇ ਕਰੀਬ ਤਖ਼ਤ ਸ੍ਰੀ ਦਮਦਮਾ ਸਾਹਿਬ ਜੋ ਸਾਡੇ ਮਾਲਵੇ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਵਰ ਦਿੱਤਾ ਸੀ ਉਸ ਟਾਈਮ ਜਦੋਂ ਗੁਰੂ ਸਾਹਿਬ ਇੱਥੇ ਆਏ ਕਹਿੰਦੇ ਡੱਲੇ ਨੇ ਕਿਹਾ ਵੀ ਇੱਥੇ ਤਾਂ ਜੀ ਰੇਤਾ ਹੀ ਰੇਤਾ ਅਤੇ ਗੁਰੂ ਸਾਹਿਬ ਨੇ ਕਿਹਾ ਇਹ ਤਾਂ ਬਾਗ ਲੱਗੇ ਹੋਏ ਨੇ ਕਹਿੰਦੇ ਜੀ ਬਾਗ ਨਹੀਂ ਇਹ ਤਾਂ ਅੱਕ ਨੇ ਕਹਿੰਦਾ ਡੱਲਿਆ ਕਿਉਂਕਿ ਸਮਾਂ ਹੋਊਗਾ ਇੱਥੇ ਬਾਗ ਲੱਗਣਗੇ ਸੋ ਇਹ ਜੋ ਪਾਤਸ਼ਾਹ ਨੇ ਇੱਥੇ ਚਰਨ ਛੋਹ ਹੋਇਆ ਸੀ ਉਹ ਦਰਸ਼ਨ ਕਰਕੇ ਹੋਏ ਸੀ ਵਾਪਸ ਆਪਣੇ ਪਰਿਵਾਰਾਂ ਨੂੰ ਜਾ ਰਹੇ ਹਾਂ ਜੀ ਸੋ ਜੀ ਇਹ ਸਾਡੀ ਯਾਤਰਾ ਸੀ ਕੁਲਦੀਪ ਜੀ ਤੁਹਾਡੀ ਉਮਰ ਕਿੰਨੀ ਹੈਗੀ ਹੈ ਮੇਰੀ ਉਮਰ ਇਸ ਵਕਤ ਜੀ 59 ਆ ਮੈਂ ਪੰਜਾਬ ਜੇਲ੍ਹ ਡਿਪਾਰਟਮੈਂਟ ਵਿੱਚੋਂ ਐਜ਼ ਆਫਿਸ ਸੁਪਰਡੈਂਟ ਗ੍ਰੇਡ 2 ਰਿਟਾਇਰਡ ਹਾਂ ਜੀ ਮੈਂ ਆਪਣੀ ਮੇਰੀ ਪ੍ਰਮੋਸ਼ਨ ਹੋ ਗਈ ਸੀ ਫਿਰ ਮੈਂ ਆਪਣੀ 6 ਮਹੀਨੇ ਦੀ ਜੋਬ ਛੱਡ ਕੇ ਮੈਂ ਆਪਣੀ ਪ੍ਰੀ ਮਚਿਓਰ ਰਿਟਾਇਰਮੈਂਟ ਲਈ ਉਸ ਤੋਂ ਬਾਅਦ ਮੈਨੂੰ ਵੀਰ ਜੀ ਪਰਮਿੰਦਰ ਸਿੰਘ ਚੰਦਬਾਜੇ ਫਰੀਦਕੋਟ ਦੇ ਲਾਗੇ ਸਾਈਕਲਿੰਗ ਕਰਦੇ ਮਿਲੇ ਅਤੇ ਮੈਂ ਉਦੋਂ ਸ਼ੁਰੂ ਕੀਤੀ ਸੀ ਅਤੇ ਮੈਨੂੰ ਉਹਨਾਂ ਨੇ ਕੁਛ ਟਿਪਸ ਦੱਸੇ ਉਸ ਤੋਂ ਬਾਅਦ ਮੈਂ ਇਹਨਾਂ ਨਾਲ ਰਾਈਡ ਲਾਉਣੀ ਸ਼ੁਰੂ ਕੀਤੀ ਅਤੇ ਇਹ ਅਸੀਂ ਜੋ ਸਾਡੀ ਯਾਤਰਾ ਦਾ ਪਲੈਨ ਹੈ ਅੱਜ ਤੋਂ 2-2.5 ਸਾਲ ਪਹਿਲਾਂ ਅਸੀਂ ਰੋਡ ਦੇ ਉੱਤੇ ਹੀ ਪਲੈਨ ਕੀਤਾ ਸੀ ਮੇਰੇ ਬਚਪਨ ਦਾ ਮੈਂ 4th ਕਲਾਸ 'ਚ ਪੜ੍ਹਦਾ ਜਦੋਂ ਮੇਰੇ ਨਾਨਾ ਜੀ ਨੇ ਇੱਕ ਵਾਰੀ ਮੈਨੂੰ ਸੁਪਨਾ ਦਿੱਤਾ ਸੀਗਾ ਵੀ ਜਦੋਂ ਕਿਤੇ ਵੀ ਦਰਸ਼ਨ ਕਰਨੇ 5 ਤਖਤਾਂ ਦੇ ਦਰਸ਼ਨ ਲਗਾਤਾਰ ਕਰਨੇ ਮੇਰਾ ਉਹ 4th ਜਮਾਤ ਦਾ ਸੁਪਨਾ ਮੇਰੀ ਆਫਟਰ ਰਿਟਾਇਰਮੈਂਟ ਮੇਰੇ ਪਾਤਸ਼ਾਹ ਨੇ ਉਹ ਸੰਪੂਰਨ ਕੀਤਾ ਹੈ ਮੈਂ ਆਪਣੀ ਲਾਈਫ ਤੋਂ ਪੂਰਾ ਇਸ ਵਕਤ ਸੰਤੁਸ਼ਟ ਹਾਂ ਮੈਨੂੰ ਕੋਈ ਵੀ ਇਸ ਜੀ ਕੋਈ ਪ੍ਰੋਬਲਮ ਨਹੀਂ ਆਈ ਜੀ ਪਰਮਿੰਦਰ ਜੀ ਟੋਟਲ ਕਿੰਨੇ ਦਿਨ ਲੱਗੇ ਸਫ਼ਰ ਦੇ ਉੱਤੇ ਤੁਹਾਨੂੰ ਸਾਨੂੰ ਤਕਰੀਬਨ 26 ਦਿਨ ਲੱਗ ਗਏ ਚੱਲੇ ਸੀ ਅੱਜ 28 ਤਰੀਕ ਹੋ ਗਈ ਅੱਜ ਸ਼ਾਮ ਤੱਕ ਅਸੀਂ ਘਰਾਂ ਨੂੰ ਵਾਪਸੀ ਕਰਾਂਗੇ ਤੇ ਆਪਣੇ ਜਿਸ ਤਰ੍ਹਾਂ ਕੁਲਦੀਪ ਜੀ ਨੇ ਦੱਸਿਆ ਵੀ ਤੁਸੀਂ 5 ਤਖਤਾਂ ਤੇ ਗਏ ਤਾਂ ਮਾੜਾ ਰਸਤਿਆਂ ਬਾਰੇ ਜ਼ਿਕਰ ਕਰੋ ਵੀ ਕਿਹੜੇ ਕਿਹੜੇ ਰਸਤੇ ਦੇ ਵਿੱਚ ਤੁਸੀਂ ਹੁੰਦੇ ਹੋਏ ਗਏ ਸਭ ਤੋਂ ਪਹਿਲਾਂ ਅਸੀਂ ਹਰਿਮੰਦਰ ਸਾਹਿਬ ਹੀ ਹਰਿਮੰਦਰ ਸਾਹਿਬ ਤੋਂ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ ਪਟਨਾ ਹੀ ਹਾਂ ਉਹ ਰਸਤੇ ਦਾ ਉੱਥੋਂ ਰਸਤੇ ਕਿਹੜੇ ਬਾਇਆ ਕਿਹੜਾ ਰਸਤਾ ਰਹੇ ਆਇਆ ਸੀਗਾ ਜੀ ਹਾਂਜੀ ਤੇ ਹੋਰ ਕਾਫੀ ਜਗ੍ਹਾ ਆਈਆਂ ਉਸ ਤੋਂ ਬਾਅਦ ਰੋਪੜ ਤੋਂ ਹੁੰਦੇ ਹੋਏ ਹਾਂਜੀ ਖਰੜ ਜੀ ਖਰੜ ਤੋਂ ਹੁੰਦੇ ਹੋਏ ਸਿੱਧੇ ਅੰਬਾਲਾ ਕੈਂਟਾ ਜਗਾਦਰੀ ਜਮੁਨਾ ਨਗਰ ਅਤੇ ਸਹਾਰਨਪੁਰ ਉਸ ਤੋਂ ਬਾਅਦ ਫਿਰ ਅਸੀਂ ਮਤਲਬ ਕਿ ਕਰਕੇ ਬਿਹਾਰ ਦੇ ਵਿੱਚ ਐਂਟਰੀ ਆਰਾ ਮੁਜ਼ੱਫਰਨਗਰ ਅਤੇ ਉੱਥੋਂ ਦੇ ਹੁੰਦੇ ਹੋਏ ਫਿਰ ਅਸੀਂ ਗਏ ਸਿੱਧੇ ਪਟਨਾ ਸਾਹਿਬ ਪਟਨਾ ਸਾਹਿਬ ਤੋਂ ਫਿਰ ਕੁਛ ਰੂਟ ਅਸੀਂ ਉਹੀ ਵਾਪਸ ਲਿਆ ਉਸ ਤੋਂ ਬਾਅਦ ਫਿਰ ਸਿੱਧੇ ਅਸੀਂ ਆਏ ਵਾਰਾਣਸੀ ਨੂੰ ਵਾਰਾਣਸੀ ਤੋਂ ਫਿਰ ਅਸੀਂ ਕੁਛ ਕੁ UP ਦੇ ਵਿੱਚ ਹੁੰਦੇ ਹੋਏ MP ਦੇ ਵਿੱਚ ਸ਼ਾਮਿਲ ਹੋਏ MP ਤੋਂ ਫਿਰ ਨਾਗਪੁਰ
जबलपुर रास्ते हुए गए तख्त श्री हजूर साहब ओही रास्ते असी वापस नागपुर नागपुर तो फिर असी सीधा ग्वालियर मथुरा से आगरा होंदे हुए असी सीधे दिल्ली नू मतलब के कूच किया जी दिल्ली तो बाद फिर कल असी वाया हांसी हिसार फतेहबाद फतेहबाद तो फिर सरदूलगढ़ सरदूलगढ़ तो बाद फिर असी तख्त श्री दमदमा साहब आके रास्ते यह साडा रूट आ साडा जे किसी वीर ने जाना वीर जी परमिंदर सिंह नाल संपर्क कर सकता क्योंकि साडा एक स्ट्रावा ऐप होंदी आ जिहदे ते सारा मैप बनता गा जदों असी थोड़ी जिही असी मिस्टेक कीती आ ओह मिस्टेक इह कीती आ वी असी इंडिया दा मैप लै के नहीं चले सी नाल जां असी पहलां उहदी लुक नहीं कीती ते जिवें सानूं कोई दसदा सी असी उस हिसाब नाल रोड पकड़दे सी कई वार सानूं जदों असी गए आ पटना साहिब असी 180 किलोमीटर एक्सट्रा करके जदों के साडी 180 किलोमीटर करन दी कोई तमन्ना भी नहीं सी ते जदों असी करके वापस आ गए फिर सानूं पछतावा भी होया 180 किलोमीटर असी फालतू कीती सो इस करके सानूं मैप ऑफ रोड सानूं जो इंडिया दा हैगा साडा मैप उहदे तों जरूर लैणा चाहीदा बाकी वीर जी परमिंदर सिंह नाल कोई भी संपर्क करके इन्हां तों स्ट्रावा दे उत्ते ऐप दे उत्ते सारा नक्शा जिवें जिवें असी जिहड़े रूट ते लंघे आ ओह रूट सारा इक नक्शा बणिआ होया साडे कोल जी ਪਰਮਿੰਦਰ ਜੀ ਟੋਟਲ ਕਿੰਨੇ ਕਿਲੋਮੀਟਰ ਬਣ ਗਿਆ ਸਫ਼ਰ ਇਹ ਤੁਸੀਂ ਦੇਖਿਆ ਹੋਇਆ ਸਾਡਾ ਟੋਟਲੀ 5000 ਕਿਲੋਮੀਟਰ ਪਲੱਸ ਹੋ ਜਾਏਗਾ ਜੀ ਓਕੇ 5000 ਕਿਲੋਮੀਟਰ ਠੀਕ ਹੈ ਤੇ ਤੁਸੀਂ ਕਦੋਂ ਤੋਂ ਸਾਈਕਲਿੰਗ ਕਰ ਰਹੇ ਹੈਗੇ ਹੋ ਇਹ 2018 ਤੋਂ ਸਾਈਕਲਿੰਗ ਸ਼ੁਰੂ ਕੀਤੀ ਸੀ ਪਹਿਲਾਂ ਮੈਂ ਅਥਲੈਟਿਕ ਕਰਦਾ ਰਿਹਾ ਜੀ ਉਸ ਵਿੱਚ ਮੈਂ ਨੈਸ਼ਨਲ ਦੇ ਵਿੱਚੋਂ ਘੱਟੋ ਘੱਟ 15 ਗੋਲਡ ਮੈਡਲ ਜਿੱਤੇ ਹੋਏ ਆ ਜੀ ਅੱਛਾ ਇੰਟਰਨੈਸ਼ਨਲ ਲੈਵਲ ਤੇ ਗੋਲਡ ਔਰ ਸਿਲਵਰ ਮੈਡਲ ਜਿੱਤੇ ਹੋਏ ਆ ਜੀ अगर होर कोई साथी यात्रा ते जाना चाहुंदा तां उहनां नूं की कहना चाहुंदे हो साइकल ते कोई जाना चाहुंदा है ते कोई उहनां नूं दिल्ली कोई खास गाइडलाइन वी उहनां नूं इह करना चाहीदा जिस तरहां बाई ने ਨਕਸ਼ੇ ਬਾਰੇ ਦੱਸਿਆ ਹਾਂਜੀ ਉਹਨਾਂ ਅਸੀਂ ਇਹੀ ਵੀ ਗਾਈਡਲਾਈਨ ਸੀ ਕੋਈ ਵੀ ਜਾਣਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਦ੍ਰਿੜ ਇਰਾਦਾ ਚਾਹੀਦਾ ਹੈ ਅਸੀਂ ਜਾਣਾ ਹੈ ਉਸ ਤੋਂ ਬਾਅਦ ਕੋਈ ਵੀ ਗਾਈਡਲਾਈਨ ਹੈ ਕਿਹੜਾ ਕਿਹੜਾ ਰਸਤਾ ਜੋ ਰੂਟ ਹੈ ਉਹ ਸਾਡੇ ਤੋਂ ਪੁੱਛ ਸਕਦੇ ਹੈ ਅਸੀਂ ਉਹਨਾਂ ਨੂੰ ਪ੍ਰੋਪਰ ਸਾਰੀ ਜਾਣਕਾਰੀ ਦੇ ਦਿਆਂਗੇ ਠੀਕ ਹੈ ਤੇ ਔਰ ਤੁਹਾਡਾ ਕੰਟੈਕਟ ਨੰਬਰ ਵੀ ਦੇ ਦਿਓ ਜੀ ਤੁਹਾਡਾ ਹਾਂਜੀ ਮੇਰਾ ਕੰਟੈਕਟ ਨੰਬਰ ਹੈ 8146546457 ਇੱਕ ਵਾਰ ਫੇਰ ਰਿਪੀਟ ਕਰ ਦਿਓ ਜੀ 8146546457 दोस्तों ये है परमिंदर सिद्धू जी ते कुलदीप जी जिहड़े हुण यात्रा करके आ रहे ने पंजा तख्तां दी ते हले बठिंडा पहुंचे ने ते कोटकपुरा और फरीदकोट तो बिलोंग करते ने तां उम्र कोई भी होवे उहदे नाल कोई फर्क नहीं पैंदा उह दिस जस्ट ए नंबर ते इन्होंने कुलदीप सिंह जी ने यह साबित कर दिता हुण तुसीं देखो भी 68 साल की उम्र दे विच 5000 किलोमीटर वह भी जून के महीने करके आए ने ਤਾਂ ਇਹਨਾਂ ਦੇ ਭਵਿੱਖ ਦੀਆਂ ਯਾਤਰਾਵਾਂ ਦੇ ਲਈ ਵੀ ਸ਼ੁਭਕਾਮਨਾਵਾਂ ਦੋਸਤੋ ਜਿਉਂਦੇ ਵਸਦੇ ਰਹੋ